हम संतन की शरणा, हम संतन की शरणा, हम संतन की अरे बोलो जी, हम संतन की शरणा, हम संतन की शरणा, हम संतन की ऋण प्यारे, संतन की ऋण प्यारे, हम संतन के ऋण प्यारे, संतन की बोलो जी, संतन की शरणा, हम संतन की शरणा, ओ संत हमारी ओट सतानी, संत हमारा कहना, हम संतन स्यों बन आई, पूरब लिखे आ पाई, वैले हमण तेरा पाई, संतन स्यों मेरी लेवा देवी, संतन स्यों व्यवहारा, संतन स्यों हम लहा खटिया, हर भगत परे भंडारा, संतन मोको पूंजी सौंपी तो उतर मन का तो खा, कर्म राय अब कहा करेगा, जो फटो सगलो लेखा, महा आनंद पै सुख पाया, संतन के परसादे, तो नानक हर स्यो मन मनया, रंग रते बिस्मादे, बोलो जी रंग रते बिस्मादे, हम संतन की शरण, बोलो सारे रल के, हम संतन की शरणा, हम संतन की शरणा, हम संतन के ऋण प्यारे, हम संतन की शरणा।
संतन की शरणा। अरे आपको जी भाई सारे कर संतन की तूड़े वो को कर संतन की तूड़े संतन की तूड़े वो को कर संतन की तूड़े। बोलो पहना जी कर संतन सारिया पहना बोलो कर संतन जामी पुरख विदाते अंतर्यामी पुरख विदाते शरदा मन की पूरे नानक दास है सुख मांगे मुख कर संतन की पूरे हम संतन की शरणा हम संतन की कृपाल कृपा ने मेरा मुख साकत संग ना जुट सीरे जन नानक दासन दास को करियो मेरा मुंडू साध पगा हेठ रुल सीरे बाबा जी गुरु नानक जी कैसा संजोगे अस्थान गुरु नानक महाराज जी का ते जपण वाले दे प्यार विच बैठे हैं आखो भाई सारे आखो जी ओए होए किते रत्ती पर भी तरेड़ ना लई आई हो
गुरु नानक साहब जी ने रज के सिफत कीती जे जपण वाले दी ते रज के दात मंगी ए के जे संग मिले ते जपण वाले दा आखो वाहे ए बड़ी वड्डी गल जे चंगी संगत जरूर मंगया करो यतन करया करो संग चंगा ही रवे माड़ी संगत डोब के ले जाएगी चंगी संगत कोई ना कोई दे के जाएगी आखो वाहे महापुरुष होए ने बाबा हरनाम सिंह जी रामपुर खेड़े आए बड़ी बंदगी बड़ी कालना उन्हां दा एक संगी सी बलबीर सिंह उन्हों एक शराबी मिलिया ज्ञान सिंह उहदा नाम मित्र सन हाल पुछिया भी ज्ञान सिंह की हाल है कहिंदा बड़ा औखा वा क्यों कहिंदा आदत भैड़ी लग गई है शराब की जिन्ने पैसे कमाना वा उन्ने ही शराब पी जाना वा उदे करके घर कल कलेश रहिंदी है जनानी लड़दी रहिंदी है बच्चे रोंदे ने चांदा वा ये छुट जाए पर छुटदी नहीं आखो वाहे वेखो बंदे नूं पता है भी औखा ने पर लग गया बलबीर सिंह ने सुभाव कहता ਕਹਿੰਦਾ ਫਿਰ ਇੱਕ ਕੰਮ ਕਰ ਗਿਆਨ ਸਿਆਂ ਚੱਲ ਆ ਸਾਡੇ ਬਾਬਿਆਂ ਕੋਲ ਆ ਆਖੋ ਵਾਹੇ ਸਾਡੇ ਬਾਬਾ ਰਣਾਮ ਸਿੰਘ ਜੀ ਕੋਲ ਆ ਅੱਗੋਂ ਉਹਨੇ ਵੀ ਕਿਹਾ ਕਹਿੰਦਾ ਬਾਬੇ ਕੀ ਕਰਨਗੇ ਮੇਰੇ ਹੱਥੋਂ ਗਲਾਸੀ ਥੋੜ੍ਹੀ ਖੋ ਲੈਣਗੇ ਆਖੋ ਵਾਹੇ ਪੀਨਾ ਤਾਂ ਮੈਂ ਵਾਂ ਆਪਣੀ ਮਰਜ਼ੀ ਨਾਲ ਲਿਆਉਣਾ ਵਾ ਆਪ ਪੀਣਾ ਵਾ ਮਹਾਂਪੁਰਸ਼ ਕੀ ਕਰ ਲੈਣਗੇ ਉਹ ਬਲਵੀਰ ਸਿੰਘ ਨੇ ਫਿਰ ਉਹਨੂੰ ਗਿਆਨ ਸਿੰਘ ਨੂੰ ਸਮਝਾਇਆ ਨਹੀਂ ਭਈ ਇੰਜ ਨਹੀਂ ਕਹੀਦਾ ਕੀ ਪਤਾ ਉਹ ਕੀ ਆਪਣੀ ਕਮਾਈ 'ਚੋਂ ਦੇ ਕੇ ਤੇਰੀ ਸ਼ਰਾਬ ਛੁਡਵਾ ਦੇ ਉਹਨੇ ਸੋਚਿਆ ਵੀ ਮੇਰਾ ਮਿੱਤਰ ਇੰਨਾ ਕਹਿਣ ਦਿਆ ਚੱਲ ਟਰਾਈ ਕਰ ਲੈਂਦੇ ਹਾਂ ਹੋ ਸਕਦਾ ਕਿਰਪਾ ਹੋ ਜੇ ਨਹੀਂ ਤਾਂ ਪੀਂਦੇ ਤਾਂ ਪਈ ਆ ਫਿਰ ਆਖੋ ਵਾਹੇ ਇਹ ਸੋਚ ਕੇ ਉਹਦੇ ਨਾਲ ਚਲਾ ਗਿਆ ਜਿਹੜੀ ਅਰਦਾਸ ਅਸੀਂ ਰੋਜ਼ ਕਰਦੇ ਹਾਂ ਨਾ ਅੱਜ ਉਹ ਬਚਨ ਇਹਦੇ ਨਾਲ ਵਰਤ ਗਏ ਆਪਾਂ ਮੰਗਦੇ ਹਾਂ ਨਾ ਸਹੀ ਪਿਆਰੇ ਸਾਰੇ ਬੋਲੋ ਸਹੀ ਪਿਆਰੇ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਵੇਖੋ ਅਸੀਂ ਮੰਗਦੇ ਹਾਂ ਕਿਉਂ ਮੰਗਦੇ ਹਾਂ ਕਿਉਂ ਸਾਡੇ ਬਜ਼ੁਰਗਾਂ ਨੇ ਅਰਦਾਸ ਵਿੱਚ ਇਹ ਪੰਕਤੀਆਂ ਫਿੱਟ ਕੀਤੀਆਂ ਪਤਾ ਉਹਨਾਂ ਨੂੰ ਕਿਤੇ ਜਪਣ ਵਾਲੇ ਦਾ ਮੇਲ ਹੋ ਜਾਏ ਇਹ ਬੁੜੀਆਂ ਲਾਹਣਤਾਂ ਤੋਂ ਵੀ ਛੁਟਕਾਰਾ ਹੋ ਜਾਂਦਾ ਹੈ ਯਕੀਨ ਬਿਲਕੁਲ ਨਹੀਂ ਭਰੋਸਾ ਬਿਲਕੁਲ ਨਹੀਂ ਮਨ ਵਿੱਚ ਇਹੀ ਹੋਈ ਹੈ ਮੇਰੇ ਕੋਲੋਂ ਗਲਾਸੀ ਥੋੜ੍ਹੀ ਮੇਰੀ ਖਵਾ ਲੈਣਗੇ ਮਹਾਂਪੁਰਸ਼ ਕਿਵੇਂ ਛੁਡਾ ਲੈਣਗੇ ਪਰ ਬਲਬੀਰ ਸਿੰਘ ਦੇ ਕਹੇ ਜਦੋਂ ਕਹਿੰਦੇ ਗਿਆਨ ਸਿੰਘ ਉੱਥੇ ਆਇਆ ਉਹ ਮਹਾਂਪੁਰਸ਼ ਬਿਲਕੁਲ ਸਾਦਾ ਜੀਵਨ ਇਹ ਆਇਆ ਸੀ ਵੀ ਬੜਾ ਗੱਦਾ ਲਾ ਕੇ ਬੈਠੇ ਹੋਣਗੇ ਬੜੇ ਚੋਲੇ ਛੋਲੇ ਪਾਏ ਹੋਣਗੇ ਵੱਖਰੇ ਬਸਤਰ ਪਾਏ ਹੋਣਗੇ ਕੁਝ ਵੀ ਨਹੀਂ ਇੱਕ ਦਰੀ ਵਿਛੀ ਸੀ ਕਹਿੰਦੇ ਉੱਥੇ ਸੰਗਤ ਬੈਠੀ ਸੀ ਉਹਨਾਂ ਵਿੱਚ ਹੀ ਛੋਟੀ ਕੇਸਕੀ ਬੰਨੀ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਬੜੀ ਕਾਲਨਾ ਉਹਨਾਂ ਦੀ ਬੜੀ ਕਮਾਈ ਹੋਈ ਬੜੀ ਬੰਦਗੀ ਵਾਲੇ ਹੋਏ ਉਹ ਗਿਆਨ ਸਿੰਘ ਪੁੱਛਦਾ ਬਲਬੀਰ ਸਿੰਘ ਨੂੰ ਮਹਾਂਪੁਰ ਕਿੱਥੇ ਕਹਿੰਦੇ ਉਹਦੇ ਇੱਕ ਦਰੀ 'ਤੇ ਬੈਠੇ ਤੇ ਹੋਇਆ ਕਹਿੰਦਾ ਦਰੀ 'ਤੇ ਸੰਗਤ ਬੈਠੀ ਕਹਿੰਦੇ ਉਹਨਾਂ ਵਿਚਕਾਰ ਉਹ ਨੀਲੇ ਸਰੋਪੇ ਵਾਲੇ ਹੈਰਾਨ ਹੋ ਗਿਆ ਕਹਿੰਦੇ ਤਾਂ ਬਿਲਕੁਲ ਸਾਡੇ ਵਾਂਗੂ ਹੀ ਆ ਉਹਦੇ ਅੰਦਰ ਕੁਝ ਹੋਰ ਫਿਲਮਾਂ ਬਣੀਆਂ ਹੋਈਆਂ ਸਨ ਕਹਿੰਦਾ ਹਾਂ ਭਾਈ ਇਹਨੇ ਜਦੋਂ ਕਹਿੰਦੇ ਮੱਥਾ ਟੇਕਣ ਲੱਗਾ ਉਹਨਾਂ ਨੇ ਉਦੋਂ ਤੋਂ ਵੀ ਤਾੜਨਾ ਕਰਤੀ ਕਹਿੰਦੇ ਓਏ ਪੁਰਖਾ ਮੱਥਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕੀ ਦੇ ਆਖੋ ਵਾਹਿਗੁਰੂ ਸਤੇ ਬੁਲਾਓ ਵਾਹਿਗੁਰੂ ਜੀ ਕਾ
ਵਾਹਿਗੁਰੂ ਜੀ ਕੀ ਫਤਿਹ। ਇੱਥੇ ਮਨ ਤੇ ਨਾ ਅਕਰਿਆ ਗਿਆ ਵੀ ਨਕਲੀ ਤੇ ਕਹਿੰਦੇ ਨੇ ਮੱਥਾ ਟੇਕੋ, ਤੁਹਾਨੂੰ ਸਤਿਕਾਰ ਨਹੀਂ ਕਰਨਾ ਆਇਆ ਸਾਡੇ ਮਹਾਂਪੁਰਖਾਂ ਦਾ, ਟਕਵੰਜ ਬਣਾਇਆ ਹੁੰਦਾ ਹੈ। ਇੱਥੇ ਮੱਥਾ ਟੇਕਣ ਵਾਲਿਆਂ ਨੂੰ ਮਿੱਠੀਆਂ ਮਿੱਠੀਆਂ ਝਿੜਕਾਂ ਪੈ ਰਹੀਆਂ, ਭਾਈ ਮੱਥਾ ਗੁਰੂ ਸਾਹਿਬ ਜੀ ਨੂੰ ਟੇਕੋ, ਫਤਿਹ ਬੁਲਾਓ, ਅਸਰ ਹੋ ਗਿਆ। ਹੁਣ ਮਹਾਂਪੁਰਸ਼ਾਂ ਨੇ ਪੁੱਛਿਆ ਵੀ ਤੁਸੀਂ ਦੂਰੋਂ ਆਏ ਹੋ, ਤੁਸੀਂ ਥੱਕ ਗਏ ਹੋਵੋਗੇ, ਪਹਿਲੇ ਲੰਗਰ ਛਕੋ। ਇਹ ਹੋਰ ਅਸਰ ਪੈ ਗਿਆ। ਕੌਣ ਪੁੱਛਦਾ ਗਰੀਬ ਨੂੰ ਲੰਗਰ? ਕਹਿੰਦੇ ਜਦੋਂ ਲੰਗਰ ਛਕ ਕੇ ਆਏ, ਮਹਾਂਪੁਰਸ਼ਾਂ ਨੇ ਪੁੱਛਿਆ ਪਰਿਵਾਰ ਦਾ ਕੀ ਹਾਲ ਹੈ? ਇਹ ਫਿਰ ਰੋ ਪਿਆ, ਕਹਿੰਦਾ ਬਾਬਾ ਜੀ ਗਰੀਬੀ ਬੜੀ ਹੈ, ਘਰ ਬਰਕਤ ਬਿਲਕੁਲ ਨਹੀਂ ਹੈਗੀ, ਦਲਿੱਦਰ ਏ, ਗਰੀਬੀ ਏ। ਕਹਿੰਦੇ ਨਾ ਇਹਨੇ ਕੁਝ ਕਿਹਾ ਸੀ, ਨਾ ਮਹਾਂਪੁਰਖਾਂ ਨੇ ਸੁਣਿਆ ਸੀ, ਇੰਨਾ ਹੀ ਪੁੱਛਿਆ ਹਾਲ ਕੀ, ਇਹਨੇ ਦੁੱਖੜਾ ਦੱਸਿਆ ਜੀ ਗਰੀਬੀ ਬੜੀ ਏ, ਬੱਚੇ ਵੱਡੇ ਹੋ ਰਹੇ ਨੇ, ਵਿਆਹਣੇ ਆ, ਵਿਆਹਣਾ ਤਾਂ ਦੂਰ ਦੀ ਗੱਲ, ਹਜੇ ਤਾਂ ਘਰ ਦਾ ਗੁਜ਼ਾਰਾ ਨਹੀਂ ਹੁੰਦਾ। ਜਦੋਂ ਇੰਨੀ ਗੱਲ ਕਹੀ ਤਾਂ ਮਹਾਂਪੁਰਖਾਂ ਨੇ ਇੱਕੋ ਬਚਨ ਕੀਤਾ, ਕਹਿੰਦੇ ਗਿਆਨ ਸਿਆ ਤੂੰ ਤੂੰ ਸ਼ਰਾਬ ਛੱਡ ਦੇ, ਗਰੀਬੀ ਤੈਨੂੰ ਛੱਡ ਦੇਗੀ। ਆਖੋ ਸਾਰੇ ਆਖੋ ਜੀ। ਹੁਣ ਖਿਆਲ ਕਰਨਾ, ਕਹਿੰਦੇ ਜਿਵੇਂ ਤੀਰ ਵੱਜਦਾ ਨਾ ਸੀਨੇ ਦੇ ਵਿੱਚ, ਇੱਥੇ ਕਲੇਜੇ 'ਚ ਤੀਰ ਵੱਜਾ, ਇਹ ਤੇ ਅੰਦਰ ਦੀ ਪੜ ਗਏ ਨੇ। ਆਖੋ ਅਜੇ ਤਾਂ ਮੈਂ ਸ਼ਰਾਬ ਦੀ ਗੱਲ ਨਹੀਂ ਕੀਤੀ ਵੀ ਛੁਡੀਂਦੀ ਨਹੀਂ, ਬਸ ਇੱਕੋ ਗੱਲ ਕੰਨਾਂ 'ਚ ਵੱਜੀ ਜਾ ਰਹੀ ਏ, ਤੂੰ ਸ਼ਰਾਬ ਛੱਡ ਦੇ, ਗਰੀਬੀ ਤੈਨੂੰ ਛੱਡ ਜਾਏਗੀ। ਆਖੋ ਸਾਰੇ ਆਖੋ ਜੀ। ਇਹਨੇ ਫਿਰ ਚਰਨ ਫੜ ਲਏ, ਮਹਾਂਪੁਰਸ਼ੋ ਕਿਵੇਂ ਛੱਡਾਂ, ਮੇਰੇ ਕੋਲ ਤਾਂ ਛੱਡੀ ਨਹੀਂ ਜਾਣੀ। ਕਹਿੰਦੇ ਜੇ ਜੀ ਚੀਜ਼ ਛੱਡੀ ਨਾ ਨਾ ਜਾਵੇ, ਫਿਰ ਬਾਣੀ ਦਾ ਆਸਰਾ ਲਈਦਾ, ਹਜੇ ਤੂੰ ਅੰਮ੍ਰਿਤ ਨਹੀਂ ਛਕਿਆ, ਹਜੇ ਨਿਤਨੇਮ ਕਰਦਾ। ਕਹਿੰਦੇ ਨਹੀਂ, ਕਹਿੰਦੇ ਫਿਰ ਪਹਿਲੇ ਸਵੇਰੇ ਜਪ ਜੀ ਪੜ, ਸ਼ਾਮੀ ਰਹਿ ਰਾਸ ਕਰ, ਅਤੇ ਸ਼ਾਮ ਨੂੰ ਅਰਦਾਸ ਕਰ ਰਾਤ ਨੂੰ, ਬਾਬਾ ਜੀ ਇਹ ਜਪ ਜੀ ਅਤੇ ਰਹਿ ਰਾਸ ਦੀ ਹਾਜ਼ਰੀ ਦਿਹਾੜੀ 'ਚ ਲਵਾਈ ਜੇ, ਮੇਰੀ ਸ਼ਰਾਬ ਵਰਗੀ ਲਾਣ ਤੋਂ ਛੁਟਕਾਰਾ ਦਵਾਓ। ਆਖੋ ਕਹਿੰਦੇ ਹੌਲੀ ਹੌਲੀ ਜਦੋਂ ਇਹ ਨੇਮ ਪੱਕਾ ਹੋ ਜੇ, ਫਿਰ ਪੰਜ ਬਾਣੀਆਂ ਪੜਿਆ ਕਰ, ਜਦੋਂ ਪੰਜ ਬਾਣੀਆਂ ਪੱਕੀਆਂ ਹੋ ਜਾਣ ਫਿਰ ਅੰਮ੍ਰਿਤ ਵੀ ਛਕ ਲਈ, ਅਤੇ ਕੰਨਾਂ 'ਚ ਇਹੀ ਹੀ ਵੱਜੀ ਜਾਵੇ ਤੂੰ ਸ਼ਰਾਬ ਛੱਡ ਦੇ, ਗਰੀਬੀ ਤੈਨੂੰ ਛੱਡ ਜਾਏਗੀ। ਆਖੋ ਸਾਰੇ ਆਖੋ ਜੀ। ਸਾਧ ਸੰਗਤ ਮੈਂ ਗੱਲ ਛੋਟੀ ਕਰ ਰਿਹਾ, ਉਹ ਗਿਆਨ ਸਿੰਘ 15 ਕੁ ਦਿਨ ਔਖੇ ਲੰਘੇ, ਉਹਦੇ ਪਹਿਲੇ 15 ਦਿਨ ਆਇਆ, ਗੁਟਕਾ ਫੜਦਾ, ਪੜਨ ਦੀ ਕੋਸ਼ਿਸ਼ ਕਰਦਾ, ਕਈ ਵਾਰੀ ਮਨ ਵਿੱਚ ਆਉਂਦਾ ਵੀ ਸ਼ਾਮ ਨੂੰ ਗਲਾਸ ਦਾ ਟਾਈਮ ਹੋ ਗਿਆ, ਅਤੇ ਮਹਾਂਪੁਰਸ਼ਾਂ ਨੇ ਹੱਥ ਵਿੱਚ ਗੁਟਕਾ ਫੜਾ ਤਾ, ਰਹਿ ਰਾ ਸਾਹਿਬ ਜੀ ਦਾ। ਆਖੋ ਅਤੇ ਜਦੋਂ ਮਨ ਡੋਲਦਾ ਵੀ ਛੱਡ ਮਣਾ, ਇਹਨੂੰ ਛੱਡਾਂ, ਸ਼ਰਾਬ ਫੜਾਂ, ਗਲਾਸ ਫੜਾਂ, ਕਹਿੰਦੇ ਉਦੋਂ ਕੰਨਾਂ 'ਚ ਆਵਾਜ਼ ਗੂੰਜਦੀ ਏ, ਤੂੰ ਗਰੀਬੀ ਤੂੰ ਸ਼ਰਾਬ ਛੱਡ ਦੇ, ਗਰੀਬੀ ਤੈਨੂੰ ਛੱਡ ਜਾਏਗੀ। ਆਖੋ ਕਹਿੰਦੇ 15 ਕੁ ਦਿਨ ਡੋਲਿਆ ਹੋਣਾ ਮਨ, 15 ਦਿਨਾਂ ਬਾਅਦ ਸਵੇਰੇ ਸ਼ਾਮ ਦਾ ਨਿਤਨੇਮ ਪੱਕਾ ਕੀਤਾ, ਅਤੇ ਕਹਿੰਦੇ 20-25 ਦਿਨਾਂ ਬਾਅਦ ਬਰਕਤ ਨੇ ਘਰ ਪੈਰ ਪਾਉਣੇ ਸ਼ੁਰੂ ਕਰਦੇ। ਆਖੋ ਸਾਰੇ ਆਖੋ ਜੀ। ਪਹਿਲੇ ਕਰਦਾ ਸੀ ਦਿਹਾੜੀ ਅਤੇ ਕੰਮ, ਕਹਿੰਦੇ ਹੌਲੀ ਹੌਲੀ ਠੇਕੇਦਾਰੀ ਵੱਲ ਵੱਧ ਗਿਆ, ਅਤੇ ਕਹਿੰਦੇ ਐਸਾ ਠੇਕੇਦਾਰ ਬਣਿਆ, ਐਸਾ ਠੇਕੇਦਾਰ ਬਣਿਆ, ਜਿਹੜਾ ਕਹਿੰਦਾ ਸੀ ਮਹਾਂਪੁਰਖਾਂ ਕੋਲ ਜਾ ਕੇ ਕੀ ਕਰਨਾ, ਮੇਰੀ ਗਲਾਸੀ ਥੋੜ੍ਹੀ ਖੁਆ ਲੈਣਗੇ, ਪਰ ਇੱਕੋ ਬਚਨ ਨੇ ਐਸਾ ਤੀਰ ਮਾਰਿਆ, ਜ਼ਿੰਦਗੀ ਦੀ ਕਾਇਆ ਹੀ ਕਲਪ ਹੋ ਗਈ। ਆਖੋ ਵਾਹਿ ਤਾਂ ਹੀ ਕਿਹਾ ਜੀ, ਆਪਾਂ ਵੀ ਕਹੀਏ ਜੀ, ਹਮ ਸੰਤਾਂ ਕੇ ਸ਼ਰਨਾ, ਹਮ ਸੰਤਾਂ ਕੇ ਪਿਆਰੇ ਰੇਣ ਪਿਆਰੇ
अब संतन ਵੀ ਦਿੰਦੇ ਕੋਲੋਂ ਅਸੀਸ ਵੀ ਦਿੰਦੇ ਆ। ਲੁਧਿਆਣੇ ਲਾਗੇ ਇੱਕ ਪਿੰਡ ਹੈ ਫਲਿਆਲ, ਇੱਕ ਜ਼ਿਮੀਂਦਾਰ ਖੇਤਾਂ 'ਚ ਬੈਠਾ, ਕੋਲੋਂ ਕੋਈ ਫਕੀਰ ਮਹਾਂਪੁਰਖ ਨਿਕਲਿਆ। ਉਹ ਖੇਤਾਂ ਦੇ ਵਿੱਚ ਖੂਹ ਦੇ ਕੋਲ ਬੈਠਾ ਸੀ, ਕਹਿੰਦੇ ਮਹਾਂਪੁਰਖ ਨੇ ਕੇਵਲ ਪਾਣੀ ਮੰਗਿਆ, ਪੁਰਖਾ ਪਾਣੀ ਪਿਲਾ ਦੇ। ਉਹ ਜ਼ਿਮੀਂਦਾਰ ਕਹਿੰਦੇ ਜਦੋਂ ਖੂਹ 'ਚੋਂ ਪਾਣੀ ਕੱਢਣ ਲੱਗਿਆ ਨਾ, ਮਨ ਵਿੱਚ ਆਇਆ ਮਹਾਂਪੁਰਖ ਨੇ ਬਾਣਾ ਪਾਇਆ ਹੋਇਆ, ਪਾਣੀ ਮੰਗਿਆ, ਮੈਂ ਦੁੱਧ ਚੋ ਕੇ ਤਾਂ ਭੇਜ ਦਿੱਤਾ, ਨਹੀਂ ਤਾਂ ਦੁੱਧ ਹੀ ਪਿਆ ਦਿੰਦਾ, ਹੁਣ ਕੀ ਕੋਈ ਸੇਵਾ ਕੀ ਕਰਾਂ ਇਹਨਾਂ ਦੀ। ਇੰਨਾ ਹੀ ਆਇਆ ਕਹਿੰਦੇ ਹੁਣ ਇਹਨਾਂ ਪਾਣੀ ਮੰਗਿਆ, ਪਰ ਉਹਦੀ ਜੁਗਤੀ ਆ ਗਈ ਉਹਨੂੰ। ਕਹਿੰਦਾ ਇੰਝ ਕਰਦਾ ਵਾ, ਦੁੱਧ ਭਾਵੇਂ ਚੋਲਿਆ ਗਾਵਾਂ ਦਾ, ਦੋ ਚਾਰ ਧਾਰਾਂ 'ਤੇ ਨਿਕਲ ਹੀ ਆਣਗੀਆਂ, ਕੱਚੀ ਲੱਸੀ ਬਣ ਜਾਵੇਗੀ। ਆਖੋ ਗੜਵਾ ਫੜਿਆ ਪਾਣੀ ਦਾ ਅਤੇ ਗਾਂ ਥੱਲੇ ਲੈ ਗਿਆ, ਦੋ ਚਾਰ ਜਿੰਨੀਆਂ ਧਾਰਾਂ ਨਿਕਲੀਆਂ ਕੱਚੀ ਲੱਸੀ ਬਣ ਗਈ, ਅਤੇ ਮਹਾਂਪੁਰਖਾਂ ਦੇ ਭੇਟ ਕਰਤੀ। ਮਹਾਂਪੁਰਖ ਹੋਇਆ ਹੁਣ, ਉਹ ਮਹਾਂਪੁਰਖਾਂ ਨੇ ਮੰਗਿਆ ਪਾਣੀ ਸੀ, ਪਰ ਲੱਗੀ ਭੁੱਖ ਹੋਈ ਸੀ, ਤਰੇ ਦੇ ਨਾਲ ਭੁੱਖ ਵੀ ਲੱਗੀ ਸੀ। ਉਹ ਬੜੇ ਪ੍ਰਸੰਨ ਹੋਏ, ਅੰਦਰੋਂ ਸੀਸ ਨਿਕਲੀ, ਕਹਿੰਦੇ ਭਾਈ ਅਸੀਂ ਤਾਂ ਪਾਣੀ ਮੰਗਿਆ ਸੀ, ਤੈਨੂੰ ਕਿਵੇਂ ਪਤਾ ਲੱਗਾ ਸਾਨੂੰ ਭੁੱਖ ਵੀ ਲੱਗੀ ਹੈ, ਤੂੰ ਕੱਚੀ ਲੱਸੀ ਦੇਤੀ ਹੈ, ਸਾਡਾ ਤਾਂ ਆਧਾਰ ਹੋ ਗਿਆ। ਉਸਨੇ ਕਿਹਾ ਜ਼ਿਮੀਂਦਾਰ ਨੇ, ਕਹਿੰਦਾ ਜੀ ਮੈਂ ਕੋਈ ਅੰਤਰਜਾਮੀ ਨਹੀਂ, ਮੈਨੂੰ ਤਾਂ ਜੋ ਸੁੱਝਿਆ, ਮੇਰੇ ਕੋਲ ਜੋ ਵਧੀਆ ਮੈਂ ਕਰ ਸਕਦਾ ਸਾਂ, ਮੈਂ ਤੁਹਾਨੂੰ ਭੇਟ ਕਰ ਦਿੱਤਾ, ਜੋ ਮੇਰੇ ਕੋਲ ਵਧੀਆ ਹੋ ਸਕਿਆ ਮੈਂ ਭੇਟ ਕਰਤਾ। ਹੁਣ ਮਹਾਂਪੁਰਖ ਵੇਖੋ ਮੌਤ ਆ ਗਏ, ਕਹਿੰਦੇ ਜੋ ਤੇਰੇ ਕੋਲ ਵਧੀਆ ਸੀ ਤੂੰ ਸਾਨੂੰ ਭੇਟ ਕਰਤਾ, ਹੁਣ ਜੋ ਸਾਡੇ ਕੋਲ ਵਧੀਆ ਚੀਜ਼ ਅਸੀਂ ਤੈਨੂੰ ਦਿੰਦੇ ਹਾਂ। ਆਖੋ ਜੋ ਤੇਰੇ ਕੋਲ ਵਧੀਆ ਸੀ ਤੂੰ ਸਾਨੂੰ ਦੇ ਤਾ, ਜੋ ਸਾਡੇ ਕੋਲ ਸਭ ਤੋਂ ਉੱਤਮ ਚੀਜ਼ ਅਸੀਂ ਤੈਨੂੰ ਦਿੰਦੇ ਹਾਂ। ਕਹਿੰਦੇ ਪੁਰਖਾ ਕੋ ਵਾਹਿਗੁਰੂ, ਸਾਰੇ ਕਹੋ ਜੀ ਵਾਹਿਗੁਰੂ, ਸਾਰਿਆਂ ਨੇ ਨਹੀਂ ਜੇ ਕਿਹਾ ਵਾਹਿਗੁਰੂ। ਉਹ ਮਹਾਂਪੁਰਖ ਉਹਨੂੰ ਕਹਿੰਦੇ ਕਹੋ ਵਾਹਿਗੁਰੂ, ਉਸ ਜ਼ਿਮੀਂਦਾਰ ਨੇ ਵਾਹਿਗੁਰੂ ਕਿਹਾ, ਕਹਿੰਦੇ ਬਸ ਆ ਸਭ ਤੋਂ ਉੱਤਮ ਅਸੀਂ ਤੈਨੂੰ ਦਿੱਤੀ, ਤੂੰ ਜਪੀ ਜਾ। ਆਖੋ ਕਹਿੰਦੇ ਸਭ ਕੁਝ ਭੁੱਲ ਜਾਈ, ਇਹਨੂੰ ਨਾ ਭੁੱਲੀ। ਉਹ ਐਸਾ ਜ਼ਿਮੀਂਦਾਰ, ਹੁਣ ਇੱਕ ਹੁੰਦਾ ਵੀ ਅਸੀਂ ਜਪਦੇ ਹਾਂ ਸਾਡੀ ਬਾਤ ਹੋ ਰਹੀ, ਕੋਈ ਜਪਣ ਵਾਲਾ ਰੋਮ ਰੋਮ ਜਪਣ ਵਾਲਾ ਜਦੋਂ ਜਪਾਉਂਦਾ ਨਾ, ਆਖੋ ਹੈ ਜਿਹਦੇ 7 ਕਰੋੜ ਰੋਮ ਦੇ ਵਿੱਚ, ਰੋਮ ਰੋਮ 'ਚ ਜਿਹਦੇ ਵਾਹਿਗੁਰੂ ਚੱਲ ਰਿਹਾ, ਜਦੋਂ ਉਹ ਜਾਪ ਕਰਾਉਂਦਾ ਕਿਨਕਾ ਸੀਸ ਦੇ ਦਿੰਦਾ, ਕਹਿੰਦੇ ਫਿਰ ਅੰਦਰ ਸੁਧੇ ਸਿੱਧ, ਜਿਹਨੂੰ ਆਪਾਂ ਕਹਿੰਦੇ ਨਾ ਜੱਪਾ ਜਾਪ ਚੱਲ ਪੈਂਦਾ। ਆਖੋ ਉਹ ਜ਼ਿਮੀਂਦਾਰ ਮਹਾਂਪੁਰਖ ਬਣ ਕੇ ਨਿਬੜਿਆ ਜੀ। ਇਹ ਭਾਈ ਵੀਰ ਸਿੰਘ ਦੀਆਂ ਪੁਸਤਕਾਂ 'ਚ ਬਚਨ ਮਿਲਦਾ, ਕਹਿੰਦੇ ਉਹਦੀ ਰਸਨਾ 'ਤੇ ਹਰ ਵੇਲੇ ਵਾਹਿਗੁਰੂ ਚੱਲ ਰਿਹਾ, ਖੇਤੀਬਾੜੀ ਕਰ ਰਿਹਾ, ਵਾਹਿਗੁਰੂ ਛੁੱਟਦਾ ਹੀ ਨਹੀਂ ਪਿਆ, ਉਹਦੀ ਰਸਨਾ ਤੋਂ ਛੁੱਟਦਾ ਹੀ ਨਹੀਂ ਪਿਆ। ਇੱਧਰ ਸ਼ਾਹਜਹਾਨਪੁਰ ਇੱਕ ਮਹਾਂਪੁਰਖ ਹੋਏ ਨੇ, ਬਾਬਾ ਸੁਖਦੇਵ ਸਿੰਘ ਜੀ, ਚੋਲਾ ਬਦਲ ਗਿਆ। ਉਹਨਾਂ ਨੇ ਆਪਣੇ ਇੱਕ ਸੰਗੀ ਨਾਲ ਬਚਨ ਕੀਤਾ, ਨਿਰੰਜਨ ਸਿੰਘ ਜੀ ਨੇ। ਉਹ ਆਪਣੇ ਬਚਪਨ ਦੀ ਗੱਲ ਦੱਸਦੇ, ਕਹਿੰਦੇ ਮੈਂ ਛੋਟਾ ਜਿਹਾ ਸਾਂ, ਮਹਾਂਪੁਰਖਾਂ ਨੇ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਬਾਬਾ ਜੀ ਨਾਮ ਦਿਓ, ਕਹਿੰਦੇ ਮੈਨੂੰ ਘੜੀ ਦੇ ਦਿੱਤੀ ਉਹਨਾਂ ਨੇ, ਅਲਾਰਮ ਵਾਲੀ ਘੜੀ। ਕਹਿੰਦੇ ਮੈਂ ਕਿਹਾ ਬਾਬਾ ਜੀ ਮੈਂ ਨਾਮ ਮੰਗਿਆ ਸੀ, ਕਹਿੰਦੇ ਯਾਰ ਘੜੀ ਦਿੱਤੀ ਹੈ। ਕਹਿੰਦੇ ਜੀ ਇਹ ਘੜੀ ਨਾਲ ਕੀ ਕਰਨਾ, ਕਹਿੰਦੇ ਟਿਕ ਟਿਕ ਕਰਦੀ ਹੈ, ਤੂੰ ਵਾਹਿਗੁਰੂ ਵਾਹਿਗੁਰੂ ਕਰੀ ਜਾ। ਆਖੋ ਘੜੀ ਕਰਦੀ ਨਾ ਟਿਕ ਟਿਕ, ਕਹਿੰਦੇ ਘੜੀ ਟਿਕ ਟਿਕ ਕਰਦੀ ਹੈ। ਵੇਖੋ ਬੱਚਾ ਨਾਮ ਮੰਗ ਰਿਹਾ, ਮਹਾਂਪੁਰਖ ਕੀ ਕਹਿ ਰਹੇ, ਕਹਿੰਦੇ ਘੜੀ ਦਿੱਤੀ ਹੈ ਤੈਨੂੰ, ਇਹ ਟਿਕ ਟਿਕ ਕਰਦੀ ਹੈ, ਤੂੰ ਵਾਹਿਗੁਰੂ ਵਾਹਿਗੁਰੂ ਕਰੀ ਜਾ, ਵੇਖਦੇ ਹਾਂ ਕੌਣ ਜਿੱਤਦਾ। ਪਰ ਪੁੱਤਰਾ ਘੜੀ ਨਹੀਂ ਜਿੱਤਣੀ ਚਾਹੀਦੀ। ਆਖੋ ਓਏ ਬੱਚੇ ਨੂੰ ਲੱਗ ਗਈ ਚਿਣਗ। ਆਖੋ ਕਹਿੰਦਾ ਮੈਂ ਘੜੀ ਮੋਹਰੇ ਬਹਿ ਗਿਆ, ਘੜੀ ਟਿਕ ਟਿਕ ਮੇਰੇ ਅੰਦਰ ਚੱਲੇ ਵਾਹਿਗੁਰੂ ਵਾਹਿਗੁਰੂ। ਕਹਿੰਦੇ ਬਾਬਾ ਜੀ ਨੇ ਕਿਹਾ ਸੀ, ਜਪਣ ਵਾਲੇ ਨੇ ਨਾਲ ਕਹਿਤਾ,
ਘੜੀ ਨਹੀਂ ਜਿੱਤਣੀ ਚਾਹੀਦੀ। ਇਹਦਾ ਕੀ ਭਾਵ ਹੈ? ਤੇਰਾ ਰੁਕਣਾ ਨਹੀਂ ਚਾਹੀਦਾ। ਆਹ ਹੁੰਦੀ ਹੈ ਮਹਾਂਪੁਰਖ ਦੀ ਕਿਰਪਾ। ਜਪਣ ਵਾਲੇ ਦਾ ਸੰਗ ਕਿਉਂ ਮੰਗਣਾ? ਸਾਨੂੰ ਜੋੜ ਦੇਵੇ ਕੋਈ ਜਨ ਹਰ ਸਿਓ, ਕੋਈ ਆਣ ਮਿਲਾਵੇ, ਤਾਂ ਹੀ ਮੰਗਿਆ ਨਾ। ਇੱਕ ਬਚਨ ਕਰਕੇ ਫਿਰ ਮੈਂ ਸਮਾਪਤੀ ਵੱਲ ਆਵਾਂ। ਇੱਕ ਨਾਂ ਸੁਣਿਆ ਹੋਏਗਾ ਤੁਸੀਂ, ਬਾਬਾ ਗੁਰਮੁਖ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਖ, ਬਾਬਾ ਰਵਿੰਦਰ ਸਿੰਘ ਜੀ ਹੋਰਾਂ ਦੇ ਸਮਕਾਲੀ ਹੋਏ ਆ। ਬੜੀ ਕਿਰਪਾ ਬਾਬਾ ਗੁਰਮੁਖ ਸਿੰਘ ਜੀ ਮਹਾਂਪੁਰਸ਼ਾਂ 'ਤੇ। ਉਹ ਇੱਕ ਵਾਰ ਗਏ ਜੀ ਕੈਨੇਡਾ। ਉਹਨਾਂ ਨੇ ਆਪਣੇ ਜ਼ਿਕਰ 'ਚ ਲਿਖਿਆ, ਕਹਿੰਦੇ ਸੀ ਕੈਨੇਡਾ ਗਏ। ਕੈਨੇਡਾ ਜਦੋਂ ਪ੍ਰਚਾਰ ਵਾਸਤੇ ਗਏ ਤਾਂ ਇੱਕ ਬੀਬੀ ਨੇ ਮਹਾਂਪੁਰਸ਼ਾਂ ਨੂੰ ਕਿਹਾ, ਬਾਬਾ ਜੀ ਘਰ ਬੇਨਤੀ ਹੈ, ਚਰਨ ਪਾਓ, ਪ੍ਰਸ਼ਾਦਾ ਛਕੋ। ਮਹਾਂਪੁਰ ਕਹਿੰਦੇ ਅਸੀਂ ਚਲੇ ਗਏ ਉਹਦੇ ਨਾਲ। ਕਹਿੰਦੇ ਜਦੋਂ ਉਸ ਬੀਬੀ ਨੇ ਪ੍ਰਸ਼ਾਦਾ ਛਕਾਇਆ ਅਤੇ ਆਮ ਸੁਭਾਅ ਕੋਈ ਕੀਰਤਨੀਆਂ ਜਾਵੇ, ਕੋਈ ਰਾਗੀ ਜਾਣ, ਕੋਈ ਮਹਾਂਪੁਰਖ ਜਾਂਦੇ ਆ, ਫਿਰ ਜਿੱਥੇ ਪ੍ਰਸ਼ਾਦਾ ਛਕੀ ਦੀ ਅਰਦਾਸ ਕਰੀ ਦੀ। ਕਹਿੰਦੇ ਬਾਬਾ ਗੁਰਮੁਖ ਸਿੰਘ ਜੀ ਕਹਿੰਦੇ ਅਸੀਂ ਜਦੋਂ ਪ੍ਰਸ਼ਾਦਾ ਛਕਿਆ ਉਹਦੇ ਘਰੋਂ ਉੱਠਣ ਲੱਗੇ ਨਾ, ਅਤੇ ਅਰਦਾਸ ਵਾਸਤੇ ਬੀਬੀ ਨੂੰ ਕਿਹਾ ਵੀ ਬੀਬੀ ਕਿਹਦੇ ਨਾਂ ਦੀ ਅਰਦਾਸ ਕਰਨੀ, ਵੀ ਘਰ 'ਚ ਵੱਡਾ ਕੌਣ ਹੈ? ਘਰ ਦੇ ਮੁਖੀ ਦੇ ਨਾਂ ਦੀ ਅਰਦਾਸ ਹੁੰਦੀ ਹੈ, ਤੁਹਾਨੂੰ ਪਤਾ ਸਾਰਿਆਂ ਨੂੰ। ਮਹਾਂਪੁਰਖਾਂ ਨੇ ਸੁਭਾਵਕ ਉਹ ਬੀਬੀ ਨੂੰ ਪੁੱਛਿਆ ਵੀ ਬੀਬੀ ਅਰਦਾਸ ਕਰਨੀ ਹੈ, ਕਿਸ ਨਾਂ ਦੀ ਕਰਨੀ ਹੈ? ਜਦੋਂ ਨਾਂ ਪੁੱਛਿਆ ਨਾ ਤਾਂ ਬੀਬੀ ਪਤਾ ਕਹਿੰਦੀ, ਕਹਿੰਦੀ ਬਾਬਾ ਜੀ ਦੋ ਮਿੰਟ ਠਹਿਰੋ, ਮੈਂ ਕਾਪੀ ਪੈਨਸਲ ਲੈ ਕੇ ਆਈ। ਉਹ ਅੰਦਰ ਨਾ ਕਾਪੀ ਪੈਨ ਲੈਣ ਚਲੀ ਗਈ। ਕਹਿੰਦੇ ਉਹ ਲੱਭਦੀ ਲੱਭਦੀ ਆਈ ਕਾਪੀ ਪੈਨ ਲੈ ਕੇ। ਕਹਿੰਦੇ ਮਹਾਂਪੁਰਸ਼ ਕਹਿੰਦੇ, ਬੀਬੀ ਇੱਕ ਨਾਂ ਪੁੱਛੇ, ਕਾਪੀ ਪੈਨ ਦੀ ਲੋੜ ਹੀ ਨਹੀਂ, ਤੈਨੂੰ ਤਾਂ ਇੰਨਾ ਹੀ ਪੁੱਛਿਆ ਵੀ ਕਿਸ ਨਾਂ ਦੀ ਅਰਦਾਸ ਕਰਨੀ, ਤੂੰ ਨਾਂ ਦੱਸ ਦੇ, ਅਸੀਂ ਅਰਦਾਸ ਕਰ ਦਈਏ, ਤੇਰੇ ਵੱਲ ਪ੍ਰਸ਼ਾਦਾ ਛਕਿਆ। ਕਹਿੰਦੀ ਨਹੀਂ ਜੀ, ਕਾਪੀ ਪੈਨ ਲਓ। ਮਹਾਂਪੁਰ ਫਿਰ ਕਹਿੰਦੇ ਬਾਬਾ ਗੁਰਮੁਖ, ਕਹਿੰਦੇ ਬੀਬੀ ਕਾਪੀ ਪੈਨ ਦੀ ਲੋੜ ਹੀ ਨਹੀਂ। ਕਹਿੰਦੀ ਨਹੀਂ ਜੀ, ਲੋੜ ਹੈ। ਬਾਬਾ ਜੀ ਕਹਿੰਦੇ ਕਾਪੀ ਪੈਨ ਦੀ ਕੀ ਲੋੜ ਹੈ, ਇੱਕ ਨਾਂ ਚਾਹੀਦਾ। ਬੀਬੀ ਪਤਾ ਕਹਿੰਦੀ, ਕਹਿੰਦੀ ਬਾਬਾ ਜੀ ਲਿਸਟ ਬੜੀ ਲੰਬੀ ਹੈ ਅਰਦਾਸਾਂ ਦੀ, ਕਾਪੀ ਪੈਨ ਤਾਂ ਲਿਆਈਆਂ। ਲਿਸਟ ਬੜੀ ਲੰਬੀ ਹੈ ਅਰਦਾਸਾਂ ਦੀ। ਮਹਾਂਪੁਰਸ਼ ਹੈਰਾਨ ਹੋ ਗਏ। ਕਹਿੰਦੇ ਉਹ ਬੀਬੀ ਨੇ ਕਾਪੀ ਖੋਲ੍ਹੀ, ਵਰਕਾ ਖੋਲ੍ਹ ਕੇ ਬਾਬਾ ਜੀ ਨੂੰ ਫੜਾਇਆ, ਨਾਲ ਫੜਾਇਆ ਪੈੱਨ। ਕਹਿੰਦੀ ਲਿਖੋ ਜੀ। ਬਾਬਾ ਜੀ ਵੇਖੀ ਜਾਣ, ਕਹਿੰਦੇ ਲਿਸਟ ਬੜੀ ਲੰਬੀ ਹੈ। ਬਾਬਾ ਜੀ ਕਹਿੰਦੇ ਚੰਗਾ ਦੱਸ ਫਿਰ। ਜਦੋਂ ਲਿਖਣ ਲੱਗੇ, ਕਹਿੰਦੀ ਲਿਖੋ, ਮੈਂ ਸੱਸ ਸਹੁਰੇ ਤੋਂ ਬੜਾ ਦੁਖੀ ਹਾਂ, ਇਹਨਾਂ ਤੋਂ ਛੁਟਕਾਰਾ ਮਿਲੇ। ਮਹਾਂਪੁਰਸ਼ ਹੈਰਾਨ ਹੋ ਗਏ। ਹੁਣ ਕਹਿਣ ਕੀ? ਕਹਿੰਦੇ ਚੰਗਾ ਫਿਰ ਲਿਖਿਆ ਵੀ ਇਹ ਬੀਬੀ ਸੱਸ ਸਹੁਰੇ ਤੋਂ ਬੜਾ ਦੁਖੀ ਹੈ, ਹੁਣ ਧਿਆਨ ਦੇਣਾ। ਦੂਜੀ ਅਰਦਾਸ ਲਿਖਾਈ, ਕਹਿੰਦੀ ਲਿਖੋ ਜੀ, ਮੇਰਾ ਘਰ ਵਾਲਾ ਸ਼ਰਾਬ ਬੜੀ ਪੀਂਦਾ, ਮੈਂ ਉਹਦੇ ਤੋਂ ਬੜੀ ਦੁਖੀ ਹਾਂ। ਕਹਿੰਦੇ ਦੂਜੀ ਉਹ ਵੀ ਲਿਖੀ। ਤੀਜੀ ਕਹਿੰਦੇ ਜੀ, ਮੇਰੀ ਕੁੜੀ ਪੇਪਰ ਪੜ੍ਹਦੀ ਪਈ ਹੈ, ਫਲਾਣਾ ਕੋਰਸ ਹੈ, ਉਹਦੇ ਪੇਪਰ ਆਉਣ ਵਾਲੇ ਨੇ, ਲਿਖੋ ਉਹ ਪਾਸ ਹੋ ਜਾਵੇ। ਤੀਜੀ ਉਹ ਵੀ ਲਿਖੀ। ਚੌਥੀ ਕਹਿੰਦੀ ਜੀ, ਮੇਰੇ ਦੋ ਮੁੰਡੇ ਨੇ, ਦੋਨੋਂ ਮੁੰਡੇ ਕਹਿਣੇ 'ਚ ਨਹੀਂ, ਮੈਂ ਬੜੀ ਦੁਖੀ ਹਾਂ, ਲਿਖੋ ਅਰਦਾਸ। ਆਖੋ ਕਹਿੰਦੇ ਅਗਲੀ ਲਿਖਾਈ, ਕਰਜ਼ਾ ਚੜਿਆ ਉਹ ਲੱਥ ਜਾਏ, ਫਲਾਣੀ ਲਿਖਾਈ, ਫਲਾਣਾ ਮਸਲਾ ਬਣਿਆ ਉਹ ਬਣ ਜਾਏ। ਅਗਲੀ ਅਰਦਾਸ ਲਿਖਾਈ, ਮੈਂ ਗੁਆਂਢੀਆਂ ਤੋਂ ਬੜੀ ਦੁਖੀ ਹਾਂ। ਆਖੋ ਹੁਣ ਧਿਆਨ ਦੇਣਾ, ਦੁਖੀ ਸਾਰਿਆਂ ਤੋਂ ਹੀ ਹਾਂ, ਮੈਂ ਹੀ ਚੰਗੀ ਹਾਂ। ਆਖੋ ਸੱਸ ਸਹੁਰੇ ਵੀ ਤੋਂ ਵੀ ਦੁਖੀ, ਘਰ ਵਾਲੇ ਤੋਂ ਵੀ ਦੁਖੀ, ਬੱਚਿਆਂ ਤੋਂ ਵੀ ਦੁਖੀ, ਗੁਆਂਢੀਆਂ ਤੋਂ ਵੀ ਦੁਖੀ। ਕਿਤੇ ਆਪਣੇ ਅੰਦਰ ਵੀ ਝਾਤੀ ਮਾਰਿਓ, ਅਸੀਂ ਵੀ ਕਿਤੇ ਇਹੋ ਹੀ ਮਾੜੀ ਵਾਲੀ ਐਨਕ 'ਤੇ ਨਹੀਂ ਲਾਈ ਵੀ ਸਾਰੇ ਹੀ ਮਾੜੇ ਨੇ, ਮੈਂ ਹੀ ਚੰਗਾ। ਆਖੋ ਸਾਨੂੰ ਬਾਬਾ ਜੀ ਕੀ ਕਹਿੰਦੇ, ਕਿਹੜੀ ਐਨਕ ਲਾ ਕਬੀਰ ਸਭ 'ਤੇ, ਬੋਲੋ ਸਾਰੇ, ਕਬੀਰ ਸਭ 'ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਆਹ ਐਨਕ ਲਾਇਓ, ਦੂਜੀ ਐਨਕ ਨਾ ਲਾਇਓ ਵੀ ਮੈਂ ਹੀ ਚੰਗਾ ਵਾਂ, ਮੈਂ ਹੀ ਮੈਂ ਵਾਂ। ਮਹਾਰਾਜ ਕਹਿੰਦੇ ਫਿਰ ਆਪਸ ਕੋ ਜੋ ਭਲਾ ਕਹਾਵੇ, ਕਿਸੇ ਭਲਾਈ ਨਿਕਟ ਨਾ ਆਵੇ। ਆਪਾਂ ਤਾਂ ਐਨਕ ਲਾਣੀ ਹੈ ਹਮ ਨਹੀਂ, ਬੋਲੋ ਸਾਰੇ, ਆਵਾਜ਼ ਨਹੀਂ ਆਉਂਦੀ, ਹਮ ਨਹੀਂ ਬੁਰਾ ਨਹੀਂ, ਧਿਆਨ ਦੇਣਾ। ਕਹਿੰਦੇ ਇੱਦਾਂ 18-20 ਅਰਦਾਸਾਂ ਜਦੋਂ ਲਿਖਾਈਆਂ, ਕਹਿੰਦੇ ਲਿਖਾ ਲਿਖਾ ਕੇ ਮਹਾਂਪੁਰਖ ਤੇ ਹੁਣ ਮੌਤ ਆਏ ਸੀ, ਲਿਖੀ ਜਾਂ ਉਹ ਬੋਲ ਬੋਲ ਕੇ ਥੱਕ ਗਈ। ਜਦੋਂ ਬੋਲਤੀਆਂ ਨਾ ਸਾਰੀਆਂ, ਬਾਬਾ ਜੀ ਕਹਿੰਦੇ ਬੀਬੀ ਕੋਈ ਰਹਿ ਤਾਂ ਨਹੀਂ ਗਿਆ? ਕਹਿੰਦੀ ਨਹੀਂ ਵੀ ਹੋ ਗਈਆਂ ਸਾਰੀਆਂ। ਆਖੋ ਵਾਹਿਗੁਰੂ, ਕਹਿੰਦੀ ਕਰੋ ਅਰਦਾਸ। ਬਾਬਾ ਜੀ ਕਹਿੰਦੇ ਠਹਿਰ ਜਾ। ਹੁਣ ਮਹਾਂਪੁਰਸ਼ਾਂ ਨੇ ਨਾ ਬਾਬਾ ਗੁਰਮੁਖ ਸਿੰਘ ਜੀ ਕਾਰ ਸੇਵਾਲਿਆਂ ਨੇ ਵਰਕਾ ਪਲਟਿਆ, ਕਹਿੰਦੇ ਅੱਲਾ ਹੁਣ ਕਾਪੀ ਪੈਨ ਤੂੰ। ਕਹਿੰਦੀ ਜੀ ਮੈਨੂੰ ਕਾਹਨੂੰ ਦਿੰਦੇ ਪਏ ਹੋ, ਅਰਦਾਸ ਤਾਂ ਤੁਸੀਂ ਕਰਨੀ ਹੈ, ਮੈਂ ਤਾਂ ਤੁਹਾਨੂੰ ਲਿਖਾਈ ਹੈ।
ਕਹਿੰਦੇ ਬੀਬੀ ਪਹਿਲੇ ਤਾਂ ਤੂੰ ਸਾਨੂੰ ਲਿਖਾਈ ਸੀ ਕਾਪੀ ਅਤੇ ਫੜਾਇਆ ਸੀ ਪੈੱਨ, ਅਸੀਂ ਤੇਰੀ ਗੱਲ ਮੰਨ ਲਈ, ਹੁਣ ਤੂੰ ਫੜ ਕਾਪੀ ਅਤੇ ਤੂੰ ਫੜ ਪੈੱਨ, ਹੁਣ ਜੋ ਅਸੀਂ ਲਿਖਾਵਾਂਗੇ ਤੂੰ ਲਿਖ। ਪਹਿਲੇ ਤੂੰ ਜੋ ਬੋਲਿਆ ਅਸੀਂ ਲਿਖਦੇ ਰਹੇ। ਕਹਿੰਦੀ ਹਾਂ, ਕਹਿੰਦੇ ਹੁਣ ਅਸੀਂ ਜੋ ਲਿਖਾਵਾਂਗੇ ਹੁਣ ਤੈਨੂੰ ਲਿਖਣਾ ਪੈਣਾ। ਕਹਿੰਦੇ ਉਹਨੇ ਫੜਿਆ ਵਰਕਾ, ਖੋਲਿਆ ਕਾਪੀ ਪੈੱਨ ਫੜਿਆ, ਕਹਿੰਦੀ ਜੀ ਦੱਸੋ। ਕਹਿੰਦੇ ਲਿਖ ਇੱਕ ਓਂਕਾਰ, ਸਾਰੇ ਬੋਲੋ ਸਤ ਕਰਤਾ ਨਿਰ ਨਿਰ ਅਕਾਲ ਅਜੂਨੀ ਸਹਿ ਗੁਰ ਜਪ ਆਦ ਜੁਗਾਦ ਹੈਬੀ ਨਾਨਕ। ਕਹਿੰਦੇ ਜਦੋਂ ਮੂਲ ਮੰਤਰ ਸਾਰਾ ਲਿਖਾਇਆ, ਬਾਬਾ ਗੁਰਮੁਖ ਸਿੰਘ ਜੀ ਕਾਰ ਸੇਵਾ ਵਾਲੇ ਕਹਿੰਦੇ ਬੀਬੀ ਅਸੀਂ ਇੰਜ ਅਰਦਾਸਾਂ ਨਹੀਂ ਕਰਦੇ। ਆਖੋ ਤੂੰ ਅਰਦਾਸਾਂ ਦੀ ਲਿਸਟ ਬੜੀ ਲੰਬੀ ਲਿਖਾਈ ਏ, ਤੈਨੂੰ ਦਵਾਈ ਦੇਣ ਲੱਗੇ ਹਾਂ। ਆ ਜਿਹੜਾ ਮੂਲ ਮੰਤਰ ਲਿਖਿਆ ਨਾ, ਕਹਿੰਦੀ ਹਾਂ ਯਾਦ ਰੱਖਣਾ। ਬਾਬਾ ਨਾਨਕ ਸਿੰਘ ਜੀ ਕੋਲ ਕਿਸੇ ਨੇ ਕਿਹਾ ਸੀ ਬਾਬਾ ਜੀ ਕਿਰਪਾ ਕਰੋ। ਬਾਬਾ ਜੀ ਕਹਿੰਦੇ ਮੈਂ ਕਾਹਦੀ ਕਿਰਪਾ ਕਰਨੀ, ਆਪਣੇ 'ਤੇ ਕਿਰਪਾ ਆਪ ਕਰ। ਤੇਰੇ ਵੀ ਦੋ ਹੱਥ ਨੇ, ਮੇਰੇ ਵੀ ਦੋ ਹੱਥ ਨੇ, ਤੇਰੇ ਵੀ ਦੋ ਲੱਤਾਂ ਨੇ, ਮੇਰੀਆਂ ਵੀ ਦੋ ਲੱਤਾਂ, ਤੈਨੂੰ ਵੀ ਰੱਬ ਨੇ ਦੋ ਅੱਖਾਂ ਦਿੱਤੀਆਂ, ਮੈਨੂੰ ਵੀ ਦੋ ਦਿੱਤੀਆਂ, ਤੈਨੂੰ ਵੀ ਇੱਕ ਰਸਨਾ, ਮੈਨੂੰ ਵੀ ਇੱਕ ਰਸਨਾ, ਜੋ ਤੈਨੂੰ ਦਿੱਤਾ ਰੱਬ ਨੇ ਮੈਨੂੰ ਵੀ ਉਹੀ ਦਿੱਤਾ, ਮੈਂ ਤੇਰੇ 'ਤੇ ਵੱਖਰੀ ਕਿਰਪਾ ਕਾਹਨੂੰ ਕਰਨੀ, ਆਪਣੇ 'ਤੇ ਕਿਰਪਾ ਆਪ ਕਰ, ਆਪ ਨਾਮ ਜਪ। ਆਖੋ ਆਹ ਕਿਰਪਾ ਆਪਣੇ ਆਪ 'ਤੇ ਕਰਨੀ। ਮਹਾਂਪੁਰਸ਼ ਜੋੜ ਦਿੰਦੇ ਨੇ, ਜਿੰਨੇ ਦੇਣਾ ਖਜ਼ਾਨੇ ਨਾਲ ਜੋੜ ਦਿੰਦੇ ਆ, ਯਾਦ ਰੱਖਣਾ। ਮਹਾਂਪੁਰ ਕਹਿਣ ਲੱਗੇ ਬੀਬੀ ਪਹਿਲੇ ਤੂੰ ਲਿਖਾਇਆ, ਅਸੀਂ ਲਿਖਿਆ, ਹੁਣ ਅਸੀਂ ਤੈਨੂੰ ਲਿਖਾਇਆ, ਹੁਣ ਸੁਣ। ਰੋਜ਼ 2 ਘੰਟੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਇਸ ਪੌੜੀ ਦਾ ਜਾਪ ਕਰਿਆ ਕਰ। ਜਿਹੜੀਆਂ ਅਰਦਾਸਾਂ ਦੀ ਲਿਸਟ ਦਿੱਤੀ ਆ ਨਾ, 2 ਘੰਟੇ ਚੌਂਕੜਾ ਮਾਰ ਕੇ ਇਹਨੂੰ ਜਪਿਆ ਕਰ, ਤੇਰੀਆਂ ਸਾਰੀਆਂ ਹੀ ਮੰਗਾਂ ਪੂਰੀਆਂ ਹੋ ਜਾਣਗੀਆਂ। ਆਖੋ ਮਹਾਂਪੁਰਸ਼ ਇੰਨੀ ਗੱਲ ਕਹਿ ਕੇ ਆ ਗਏ। ਹੁਣ ਸੁਣਿਓ ਜਿੰਨੇ ਬੈਠੇ ਹੋ, ਕਹਿੰਦੇ ਬਾਬਾ ਜੀ ਆ ਗਏ ਕੈਨੇਡਾ ਤੋਂ, 12 ਸਾਲ ਬੀਤ ਗਏ, ਮੈਂ ਸਮਾਪਤੀ ਕਰਨ ਲੱਗਾ, 12 ਸਾਲ ਲੰਘ ਗਏ। 12 ਸਾਲਾਂ ਬਾਅਦ ਉਸ ਬੀਬੀ ਨੇ ਮਹਾਂਪੁਰਸ਼ਾਂ ਦੇ ਡੇਰੇ 'ਤੇ ਫੋਨ ਕੀਤਾ, ਲੈਂਡਲਾਈਨ ਫੋਨ ਹੁੰਦੇ ਸੀ ਉਦੋਂ, ਮੋਬਾਈਲ ਨਹੀਂ ਸੀ ਹੁੰਦੇ। ਕਹਿੰਦੇ ਮਹਾਂਪੁਰਸ਼ਾਂ ਦੇ ਅਸਥਾਨ 'ਤੇ ਲੈਂਡਲਾਈਨ ਫੋਨ 'ਤੇ ਫੋਨ ਆਇਆ ਜੀ, ਕੈਨੇਡਾ ਤੋਂ ਬੀਬੀ ਦਾ ਫੋਨ ਆਇਆ। ਉਹ ਬੀਬੀ ਕਹਿੰਦੇ ਜੀ ਮੇਰੀ ਮਹਾਂਪੁਰਸ਼ਾਂ ਨਾਲ ਗੱਲ ਕਰਾ ਦਿਓ। ਸੇਵਾਦਾਰ ਨੇ ਗੱਲ ਕਰਾਈ, ਮਹਾਂਪੁਰਸ਼ ਕਹਿੰਦੇ ਦੱਸੋ। ਕਹਿੰਦੀ ਬੀਬੀ ਕਹਿੰਦੀ ਬਾਬਾ ਜੀ ਮੈਨੂੰ ਪਛਾਣਿਆ ਜੇ ਮੈਂ ਕੈਨੇਡਾ ਤੋਂ ਬੋਲਦੀ ਹਾਂ। ਬਾਬਾ ਜੀ ਕਹਿੰਦੇ ਨਹੀਂ ਜੀ, ਤੁਸੀਂ ਮੇਰੇ ਘਰ ਆਏ ਸੀ ਪ੍ਰਸ਼ਾਦਾ ਛਕਣ, ਤੁਸੀਂ ਮੈਨੂੰ ਪਛਾਣਿਆ ਨਹੀਂ। ਬਾਬਾ ਜੀ ਕਹਿੰਦੇ ਨਹੀਂ। ਫਿਰ ਉਹਨੇ ਘੁੰਡੀ ਦੱਸੀ, ਕਹਿੰਦੀ ਬਾਬਾ ਜੀ ਮੈਂ ਉਹੀ ਓ ਬੀਬੀ ਹਾਂ ਜਿਹਦੀ ਅਰਦਾਸਾਂ ਦੀ ਲਿਸਟ ਬੜੀ ਲੰਬੀ ਸੀ। ਆਖੋ ਮਹਾਂਪੁਰਸ਼ ਕਹਿੰਦੇ ਹਾਂ ਬੀਬੀ ਹੁਣ ਤੈਨੂੰ ਪਛਾਣ ਲਿਆ, ਤੇਰੀ ਲਿਸਟ ਬੜੀ ਲੰਬੀ ਸੀ। ਕਹਿੰਦੀ ਬਾਬਾ ਜੀ ਤੁਸੀਂ ਜੋ ਮੈਨੂੰ ਜਪਣ ਵਾਸਤੇ ਦੇ ਗਏ ਸੀ, ਉਹ ਮੈਂ 2 ਘੰਟੇ ਰੋਜ਼ ਐਸਾ ਜਪਿਆ ਜੋ ਤੁਹਾਨੂੰ ਤਾਂ ਫੋਨ ਕਰ ਰਹੀ ਹਾਂ ਕਿ ਪਹਿਲੀ ਪੌੜੀ ਦੇ ਜਾਪ ਦੇ ਸਦਕੇ ਮੇਰਾ ਕੋਈ ਦੁੱਖ ਰਿਹਾ ਹੀ ਨਹੀਂ। ਆਖੋ ਕਹਿੰਦੀ ਉਸ ਜਾਪ ਦਾ ਸਦਕਾ ਮਹਾਂਪੁਰਸ਼ੋ ਮੈਂ ਤੁਹਾਨੂੰ ਕੀ ਦੱਸਾਂ, ਮੇਰਾ ਕੋਈ ਦੁੱਖ ਹੀ ਨਹੀਂ ਰਿਹਾ, ਮੇਰੀਆਂ ਕੋਈ ਅਰਦਾਸਾਂ ਹੀ ਨਹੀਂ ਰਹੀਆਂ, ਹੁਣ ਮੰਗਦੀ ਬਾਅਦ 'ਚੋਂ ਆ, ਫੁਰਨਾ ਬਾਅਦ ਵਿੱਚੋਂ ਬਣਦਾ, ਸਾਈਂ ਪਹਿਲੇ ਹੀ ਪੂਰੀ ਕਰ ਦਿੰਦਾ। ਆਖੋ ਸਾਰੇ ਆਖੋ ਜੀ। ਉਹਨੇ ਅਗਲੀ ਗੱਲ ਦੱਸੀ, ਕਹਿੰਦੀ ਮੇਰਾ ਦੁੱਖ 'ਤੇ ਕੀ ਰਹਿਣਾ, ਮੈਂ ਤੁਹਾਨੂੰ ਕੀ ਦੱਸਾਂ ਬਾਬਾ ਜੀ, ਮੇਰੀ ਕੋਈ ਸਹੇਲੀ, ਮੇਰੀ ਕੋਈ ਭੈਣ, ਮੇਰੀ ਕੋਈ ਰਿਸ਼ਤੇਦਾਰ ਨਹੀਂ, ਜਦੋਂ ਆਪਣੇ ਘਰ ਦੀ ਗੱਲ ਮੈਨੂੰ ਦੱਸਦੀ ਹੈ ਨਾ, ਮੈਨੂੰ ਫਲਾਣਾ ਮਸਲਾ, ਮੈਂ ਉਹਨੂੰ ਵੀ ਅੱਗੋਂ ਕਹਿ ਦਿੰਦੀ ਹਾਂ ਪਹਿਲੀ ਪੌੜੀ ਪੜਿਆ ਕਰ। ਕਹਿੰਦੀ ਉਹ ਵੀ ਪਹਿਲੀ ਪੌੜੀ ਪੜਦੀ, ਉਹਦੇ ਵੀ ਕਾਰਜ ਰਾਸ ਹੋ ਜਾਂਦੇ ਆ, ਉਹਦੇ ਵੀ ਦੁੱਖ ਦੂਰ ਹੋ ਜਾਂਦੇ ਆ, ਆ ਪਹਿਲੀ ਪੌੜੀ ਵਿੱਚ ਇੰਨੀ ਬਖਸ਼ਿਸ਼ ਏ। ਆਖੋ ਸਾਰੇ ਆਖੋ ਜੀ। ਆ ਜੇ ਮਹਾਂਪੁਰਖਾਂ ਦੇ ਸੰਗ ਦਾ ਅਸਰ, ਆ ਜੇ ਮਹਾਂਪੁਰਖਾਂ ਦੀ ਦੇਣ, ਇਸ ਕਰਕੇ ਪਈ ਪਿਆਰੇ ਹੋ ਜਿੰਨੇ ਬੈਠੇ ਆ ਅੱਜ, ਮਹਾਂਪੁਰਸ਼ ਸੰਤ ਬਾਬਾ ਹਰਬੰਸ਼ ਸਿੰਘ ਜੀ ਉਹਨਾਂ ਦੀ ਪਵਿੱਤਰ ਯਾਦ ਮਨਾ ਰਹੇ ਹਾਂ, ਜਿਨ੍ਹਾਂ ਨੇ ਗੁਰੂ ਰਾਮਦਾਸ ਜੀ ਤੋਂ ਬਖਸ਼ਿਸ਼ਾਂ ਲੈ ਕੇ ਆਪਣੀਆਂ ਸਿੱਖ ਸੰਗਤਾਂ ਨੂੰ ਉਹ ਦਾਤਾਂ ਵੰਡੀਆਂ, ਬਖਸ਼ਿਸ਼ਾਂ ਵੰਡੀਆਂ।
ਗੁਰੂ ਰਾਮਦਾਸ ਜੀ ਨਾਲ ਜੋੜਿਆ। ਉਹੀ ਸ਼ਾਹ ਪਰਿਵਾਰ ਅੱਜ ਵੀ ਉਸੇ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਸਾਡੇ ਸਤਿਕਾਰਯੋਗ ਸੰਤ ਅਵਤਾਰ ਸ਼ਾਹ ਸਿੰਘ ਜੀ ਉਹਨਾਂ ਦਾ ਸਾਰਾ ਪਰਿਵਾਰ ਗਾਏ ਬਗਾਏ ਮੈਂ ਵੇਖਦਾ ਕਿਸੇ ਨਾ ਕਿਸੇ ਬਹਾਨੇ ਇਹਨਾਂ ਨੂੰ ਲਾਲਚ ਹੁੰਦਾ ਕੋਈ ਸਮਾਗਮ ਹੋਵੇ ਸੰਗਤਾਂ ਜੁੜ ਜਾਣ। ਆਪੋ ਅਸ਼ਾਮੀ ਹਰੀ ਵੀ ਜੀ ਦੱਸ ਰਹੇ ਸਨ ਵੀ ਪਿਛਲੇ ਹਫ਼ਤੇ ਵੀ ਕੋਈ 11 ਤੋਂ 5 ਸਿਮਰਨ ਸਾਧਨਾ ਵੀ ਐਸੇ ਚੌਂਕੜੇ ਮਰਵਾਏ ਮਹਾਂਪੁਰਖਾਂ ਨੇ ਵੀ ਸੰਗਤਾਂ ਨੇ ਬੜਾ ਰਸ ਮਾਣਿਆ ਹੈ। ਇਹੀ ਮਹਾਂਪੁਰਖ ਦੀ ਨਿਸ਼ਾਨੀ ਹੈ। ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕਾ ਸੰਤ ਜਪਾਵੇ ਨਾਮ ਸਤਿਗੁਰੂ ਮੇਰ ਕਰਨ। ਆਓ ਹੁਣ ਆਪਾਂ ਵੀ ਗੁਰੂ ਨਾਨਕ ਸਾਹਿਬ ਜੀ ਦੇ ਅਸਥਾਨ 'ਤੇ ਗੁਰੂ ਸਾਹਿਬ ਜੀ ਕੋਲੋਂ ਹੀ ਉਹ ਮੰਗੀਏ ਕਿ ਸਤਿਗੁਰ ਜੀ ਸਾਨੂੰ ਵੀ ਮਹਾਂਪੁਰਖਾਂ ਦੀ ਸੰਗਤ ਬਖਸ਼ੋ ਤਾਂ ਕਿ ਉਹਨਾਂ ਦੀ ਬਖਸ਼ੀ ਸੰਗਤ ਨਾਲ ਅਸੀਂ ਵੀ ਜੁੜ ਸਕੀਏ। ਆਓ ਹੁਣ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਸਾਰੇ ਹਾਜ਼ਰੀ ਲਾਓ ਜੀ। ਹਮ ਸੰਤਨ ਕੇ ਸ਼ਰਣਾ, ਹਮ ਸੰਤਨ ਕੇ ਸ਼ਰਣਾ, ਹਮ ਸੰਤਨ ਕੇ ਸ਼ਰਣਾ, ਹਮ ਸੰਤਨ ਕੇ ਸੰਤਨ ਦੇ ਰੇਣ ਪਿਆਰੇ, ਸੰਤਨ ਕੀ ਰੇਣ ਪਿਆਰੇ, ਰੇਣ ਪਿਆਰੇ, ਰੇਣ ਪਿਆਰੇ, ਪਿਆਰੇ ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।